ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ। ਮੈਂ ਤੁਹਾਡਾ ਦੋਸਤ ਸੁਰਿੰਦਰਪਾਲ ਸਿੰਘ ਬੱਲੂਆਣਾ। ਜਿਵੇਂ ਆਪਾਂ ਤੁਹਾਨੂੰ ਪਤਾ ਵੀ ਹਫ਼ਤਾਵਾਰੀ ਪ੍ਰੋਗਰਾਮ ਕਰਦੇ ਹਾਂ, ਅੱਜ ਆਪਾਂ ਉਸੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਹੋਵੇਗਾ ਕਿਉਂਕਿ ਵੋਟਾਂ ਤੋਂ ਬਾਅਦ ਇਹ ਪ੍ਰੋਗਰਾਮ ਕਰ ਰਹੇ ਹਾਂ ਅਤੇ ਪੂਰੇ ਦੇਸ਼ ਵਿੱਚ ਭਾਜਪਾ ਨੂੰ ਜਿਵੇਂ ਬਹੁਮਤ ਮਿਲ ਗਿਆ ਅਤੇ ਉਹਨਾਂ ਦੀ ਸਰਕਾਰ ਬਣ ਚੱਲੀ ਹੈ, ਉਹਦੇ ਬਾਰੇ ਅਤੇ ਹੋਰ ਕੀ ਸਥਿਤੀਆਂ ਰਹਿਣਗੀਆਂ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਭਾਈ ਜਸਕਰਨ ਸਿੰਘ ਸਿਵੀਆਂ ਜੀ ਨਾਲ। ਪਹਿਲਾਂ ਸਵਾਗਤ ਕਰਦੇ ਹਾਂ ਸਿਵੀਆਂ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਵੀਆਂ ਸਾਹਿਬ, ਜਿਵੇਂ ਮੋਦੀ ਸਰਕਾਰ ਵੱਲੋਂ ਪਹਿਲਾਂ ਵਾਅਦੇ ਕੀਤੇ ਸੀ 15 ਲੱਖ ਆਊਗਾ, ਕਾਲਾ ਧਨ ਵਾਪਸ ਆਊਗਾ, 2 ਕਰੋੜ ਅਸੀਂ ਨੌਕਰੀਆਂ ਦੇਵਾਂਗੇ, ਅਤੇ ਜੇ ਨੋਟਬੰਦੀ ਕੀਤੀ ਉਹਦੇ ਵੀ ਨੁਕਸਾਨ ਹੋਏ, GST ਦਾ ਵੀ ਵਾਅਦਾ ਜ਼ਿਆਦਾ ਫਾਇਦਾ ਨਹੀਂ ਹੋਇਆ, ਅਤੇ ਫਿਰ ਵੀ ਮੋਦੀ ਲਹਿਰ ਚੱਲ ਗਈ, ਤੁਹਾਨੂੰ ਕੀ ਲੱਗਦਾ ਹੈ? ਜਿੱਥੋਂ ਤੱਕ ਸੁਰਿੰਦਰ ਜੀ ਪਿਛਲੀਆਂ ਇਲੈਕਸ਼ਨਾਂ 'ਚ ਕੀਤੇ ਵਾਅਦਿਆਂ ਦਾ ਸੰਬੰਧ ਹੈ, ਉਹ ਨਾ ਪੂਰੇ ਹੋਣ ਵਾਲੇ ਸੀ ਜੀ। ਨਾ ਤਾਂ ਕਿਸੇ ਦੇ ਖਾਤੇ 'ਚ 15 ਲੱਖ ਰੁਪਈਆ ਆ ਸਕਦਾ ਸੀ ਜੀ, ਨਾ ਹੀ ਜਿਹੜੇ ਹੋਰ ਵਾਅਦੇ ਸੀਗੇ ਬਹੁਤ ਸਾਰੇ ਉਹ ਪੂਰੇ ਹੋਣ ਵਾਲੇ ਸੀ ਜੀ। ਇਸ ਕਰਕੇ ਜਿਹੜਾ ਹੁਣ ਚੱਲਿਆ ਮੋਦੀ ਲਹਿਰ ਦਾ, ਉਹ ਅਸਲ ਇੱਕ ਸਮਝ ਤੋਂ ਬਾਹਰ ਦੀ ਗੱਲ ਹੈ। ਐਡੀ ਵੱਡੇ ਬਹੁਮਤ ਮਿਲ ਜਾਣਾ, ਇਹ ਦੇਸ਼ ਦੇ ਵਿੱਚ 3 ਵਾਰੀ ਹੋਇਆ ਅਤੇ 3 ਵਾਰੀ ਇਹ ਹਿੰਦੂ ਪੱਤਾ ਖੇਡ ਕੇ ਗੱਲ ਹੋਈ ਹੈ ਜੀ। 1984 ਦੇ ਵਿੱਚ ਜਦੋਂ ਸਰਕਾਰ ਰਾਜੀਵ ਗਾਂਧੀ ਦੀ ਬਣੀ, ਉਸ ਟਾਈਮ ਵੀ ਇੱਕ ਬਹੁਤ ਭਾਰੀ ਬਹੁਮਤ ਮਿਲਿਆ ਸੀ ਜੀ, ਉਹ ਇਲੈਕਸ਼ਨ ਵੀ ਇਹ ਪੱਤਾ ਖੇਡ ਕੇ ਲੜੀ ਗਈ ਸੀ। ਹੁਣ ਵੀ ਮੁੱਦਿਆਂ ਨੂੰ ਪਿਛਾਂਹ ਸੱਟ ਕੇ ਸਾਰਿਆਂ ਨੂੰ ਇਹ ਇਲੈਕਸ਼ਨ ਹੈ ਜਿਹੜੀ ਉਹ ਇਸ ਪੱਤੇ 'ਤੇ ਲੜੀ ਗਈ ਹੈ, ਜਿਹਦੇ ਵਿੱਚ ਭਾਜਪਾ ਕਾਮਯਾਬ ਹੋਈ ਹੈ ਅਤੇ ਬਾਗਡੋਰ ਹੈ ਜਿਹੜੀ ਉਹ ਭਾਜਪਾ ਦੇ ਹੱਥ ਵਿੱਚ ਆਈ ਹੈ। ਹੁਣ ਅਗਲੇ ਹੀ ਸਰਕਾਰ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਕੀ ਰਹਿੰਦੀ ਹੈ, ਜਾਂ ਕਾਰਗੁਜ਼ਾਰੀ ਆਪਾਂ ਤਾਂ ਇਹੀ ਅਰਦਾਸ ਕਰਾਂਗੇ ਵੀ ਚੰਗੀ ਅੱਛੀ ਰਹੇ ਕਾਰਗੁਜ਼ਾਰੀ, ਤਾਂ ਕਿ ਦੇਸ਼ ਹੈ ਜਿਹੜਾ ਉਹ ਤਰੱਕੀ ਕਰ ਸਕੇ ਜੀ। ਇਹਦੇ ਨਾਲ ਹੀ ਸਿਵੀਆਂ ਸਾਹਿਬ, ਇਹ ਹੈ ਵੀ ਮੋਦੀ ਲਹਿਰ ਦਾ ਅਸਰ ਜਿਵੇਂ ਸਾਰੀਆਂ ਸਟੇਟਾਂ 'ਚ ਹੋਇਆ, ਚਾਹੇ ਦਿੱਲੀ ਹੈ, ਹਰਿਆਣਾ ਹੈ, ਰਾਜਸਥਾਨ ਹੈ, ਪੂਰੀਆਂ ਕਈ ਥਾਵਾਂ 'ਤੇ BJP ਨੂੰ ਗਈਆਂ, ਪਰ ਪੰਜਾਬ 'ਚ ਜਿਹੜੀਆਂ ਹੈਗੀਆਂ ਕਾਂਗਰਸ ਵੱਧ ਲੈ ਕੇ ਗਈ ਹੈ, ਇੱਥੇ ਅਸਰ ਨਹੀਂ ਹੋਇਆ। ਵੈਸੇ ਵੀ ਜਿਹੜੇ ਆਪਾਂ ਪਿਛਲੇ ਰੁਝਾਨ ਦੇਖੀਏ, ਜਿਹੜਾ ਪੰਜਾਬ ਦਾ ਜਿਹੜਾ ਸੈਂਟਰ 'ਚ ਬਣਦੀ ਹੈ ਜਾਂ ਉਹਦੇ ਨਾਲ ਥੋੜ੍ਹਾ ਜਿਹਾ ਆਸੇ ਪਾਸੇ ਰਹਿੰਦਾ, ਤੁਹਾਡੇ ਮੁਤਾਬਕ ਕੀ ਹੈ? ਅਸਲ 'ਚ ਪੰਜਾਬ ਜਿਹੜਾ ਸੂਬਾ ਇਹ ਕੱਟੜਵਾਦ ਤਾਂ ਨਹੀਂ ਇੱਥੇ ਜੀ, ਜ਼ਿਆਦਾ ਧਾਰਮਿਕ ਕੱਟੜਵਾਦ ਤਾਂ ਇਹ ਸੂਬੇ 'ਚ ਹੈ ਨਹੀਂ, ਇਸ ਕਰਕੇ ਇਹਦੇ ਰੁਝਾਨ ਆ ਜਿਹੜੇ ਉਹ ਹੋਰ ਕਿਸਮ ਦੇ ਰਹਿੰਦੇ ਆ। ਬਾਕੀ ਵੀ ਜਿਵੇਂ ਵਿਰੋਧੀ ਗੁਆਂਢੀ ਸੂਬੇ ਹੈ ਉਹਨਾਂ ਦੇ ਨਾਲ ਸਾਡੇ ਕੁਛ ਵਿਰੋਧ ਹੈ ਜੀ, ਜਿਵੇਂ ਪਾਣੀ ਦਾ ਵਿਰੋਧ ਹੈ, ਪੰਜਾਬੀ ਬੋਲਦੇ ਇਲਾਕਿਆਂ ਦਾ ਵਿਰੋਧ ਹੈ, ਰਾਜਧਾਨੀ ਦਾ ਸਾਡਾ ਇੱਕ ਡਿਸਪਿਊਟ ਚੱਲ ਰਿਹਾ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਹਵਾਲੇ ਕੀਤੀ ਜਾਵੇ, ਉਸ ਵਿਰੋਧ ਦੀ ਵੋਟ ਵੀ ਜੇ ਸਾਰੀ ਹੈ ਜਿਹੜੀ ਉਹ ਉਲਟ ਜਾਂਦੀ ਹੈ। ਜੇ ਹੁਣ ਜਿਵੇਂ ਪਾਣੀ ਨੂੰ ਜੋੜਨ ਦਾ ਮਸਲਾ ਸੀਗਾ, ਦਰਿਆਵਾਂ ਨੂੰ ਜੋੜਨ ਦਾ ਚੋਣ ਮੈਨੀਫੈਸਟੋ ਦੇ ਵਿੱਚ ਇਹ ਭਾਜਪਾ ਨੇ ਰੱਖਿਆ, ਉਹਦਾ ਜੇ ਸਭ ਤੋਂ ਵੱਧ ਬੁਰਾ ਅਸਰ ਪੈਣਾ ਤਾਂ ਉਹ ਪੰਜਾਬ 'ਤੇ ਪੈਣਾ ਅਤੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਵੋਟ ਹੈ ਜਿਹੜੀ ਉਹ ਦੂਸਰੇ ਪਾਸੇ ਪਾਈ ਹੈ। ਜਿਵੇਂ ਹੁਣ ਇਸੇ ਮੁੱਦੇ 'ਤੇ ਹੋ ਸਕਦਾ ਵੀ ਹਰਿਆਣੇ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਉਹ ਭਾਜਪਾ ਨੂੰ ਚਲੀਆਂ ਗਈਆਂ, ਇੱਕ ਵੇਖਣ 'ਚ ਇਹ ਨਹੀਂ ਆ ਰਿਹਾ ਵੀ ਐਡੀ ਵੱਡੀ ਜਿਹੜੀ ਜਿੱਤ ਹੈ ਉਹ ਕਿਵੇਂ ਹੋਈ। 6 ਮਹੀਨੇ ਪਹਿਲਾਂ ਕਈ ਸਟੇਟਾਂ ਦੇ ਵਿੱਚ ਅਸੈਂਬਲੀ ਇਲੈਕਸ਼ਨ ਹੋਏ ਜੀ, ਜਿਨ੍ਹਾਂ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ
ਕਾਂਗਰਸ ਬਹੁਮਤ ਦੇ ਵਿੱਚ ਆਈ, ਛੱਤੀਸਗੜ੍ਹ ਜਾਂ ਹੋਰ ਕਈ ਸੂਬੇ ਹੈ ਜਿਹਦੇ ਵਿੱਚੋਂ ਕਾਂਗਰਸ ਬਹੁਮਤ ਵਿੱਚ ਆਉਂਦੀ ਹੈ, ਫਿਰ 6 ਮਹੀਨਿਆਂ ਦੇ ਵਿੱਚ ਕੀ ਉੱਥੇ ਐਸੀ ਕਾਂਗਰਸ ਵੱਲੋਂ ਕੋਈ ਗੱਲ ਹੋਈ ਜਿਹੜੀ ਉੱਥੇ ਇੰਨਾ ਗ੍ਰਾਫ ਆ ਗਿਆ ਕੋਈ ਵੀ ਸੀਟ ਨਹੀਂ ਜਿੱਤ ਸਕੀ? ਇਹ ਅਸਲ ਸਮਝ ਤੋਂ ਬਾਹਰ ਦੀ ਗੱਲ ਹੈ ਵੀ ਇਹ ਵਾਪਰਿਆ ਕੀ ਹੈ। ਇਹ ਉਸ ਬਹੁਤ ਸਾਰੇ ਲੋਕ ਆ ਜਿਹੜੇ ਸਿਆਸੀ, ਇਹਨੂੰ ਗੱਲ ਨੂੰ ਆਪਾਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦੇ ਵੀ ਇਹ ਗੱਲ ਸੱਚ ਹੈ ਜਾਂ ਝੂਠ ਹੈ। ਕੁਛ ਲੋਕ ਗਾਹੇ ਵਗਾਹੇ ਹੈਂਗਿੰਗ ਦੀ ਗੱਲ ਵੀ ਹੋ ਰਹੀ ਹੈ, ਇਹ ਤਾਂ ਹੁਣ ਉਹ ਜਾਂ ਦੋਸ਼ ਲਾਉਣ ਵਾਲੇ ਲੋਕ ਜਾਣਦੇ ਹੈ ਜਾਂ ਜਿਨ੍ਹਾਂ ਨੇ ਕਰਿਆ ਜਾਂ ਕੀ ਹੋਇਆ ਇਹ ਜਾਣਦੇ ਹੈ, ਪਰ ਜਿਹੜੇ ਨਤੀਜੇ ਉਹ ਬੜੇ ਹੈਰਾਨੀਜਨਕ ਆ। ਪੰਜਾਬ ਆ ਜਿਹੜਾ ਪੰਜਾਬ ਦਾ ਅਤੇ ਦੂਜੇ ਸੂਬਿਆਂ ਦਾ ਇਹ ਵਿਰੋਧ ਹੈ, ਜਿੰਨਾ ਚਿਰ ਰਹੂਗਾ ਉਨ੍ਹਾਂ ਚਿਰ ਜਿਹੜੇ ਇਹਨਾਂ ਦੇ ਰਿਜ਼ਲਟ ਹੈ ਉਹ ਵੱਖੋ ਵੱਖ ਰਹਿਣਗੇ। ਨਾਲ ਹੀ ਗੱਲ ਸਿਵੀਆਂ ਸਾਹਿਬ ਇਹ ਹੈ ਵੀ ਜਿਵੇਂ ਆਪ ਨੂੰ ਪਹਿਲਾਂ ਪੂਰੇ ਭਾਰਤ 'ਚੋਂ 4 ਸੀਟਾਂ ਮਿਲੀਆਂ ਸੀ ਅਤੇ ਉਹ ਵੀ ਪੰਜਾਬ 'ਚੋਂ, ਐਤਕੀ ਵੀ ਜਿਹੜੀ ਮਾੜੀ ਮੋਟੀ ਇੱਜ਼ਤ ਹੈ ਜਿਹੜੀ ਆਪ ਦੀ ਉਹ ਪੰਜਾਬ ਨੇ ਰੱਖੀ ਹੈ, ਜਿਵੇਂ ਸੰਗਰੂਰ ਤੋਂ ਭਗਵੰਤ ਸਿੰਘ ਮਾਨ ਜਿੱਤੇ ਆ ਇਲੈਕਸ਼ਨ, ਵਧੀਆ ਲੀਡ ਲੈ ਗਏ। ਅਤੇ ਹੁਣ ਤੁਸੀਂ ਆਪ ਦਾ ਵੈਸੇ ਵੋਟ ਬੈਂਕ ਘਟਿਆ, ਇਹਦੇ ਗ੍ਰਾਫ ਨੂੰ ਕਿਵੇਂ ਦੇਖਦੇ ਹੋ ਆਪ ਪਾਰਟੀ ਦੇ ਪੰਜਾਬ 'ਚ ਅਤੇ ਹੋਰ ਸਾਰੀਆਂ ਸਟੇਟਾਂ 'ਚ? ਪੰਜਾਬ ਦੇ ਵਿੱਚ ਆਪ ਪਿਛਲੇ ਇਲੈਕਸ਼ਨ 'ਚ ਕਾਫੀ ਚੰਗੀ ਕਾਰਗੁਜ਼ਾਰੀ ਵਿਖਾਈ ਸੀ ਜੀ, 4 MP ਉਹਦੇ ਆ ਗਏ ਸੀ, ਕਿਉਂਕਿ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਆ ਜੀ, ਉਹਨਾਂ ਦੀ ਮਜਬੂਰੀ ਹੈ ਵੀ ਉੱਧਰ ਉੱਧਰ ਵੋਟ ਪਾਉਣੀ ਅਤੇ ਉਹ ਤੀਜਾ ਬਦਲ ਨਾ ਹੋਣ ਕਰਕੇ ਕਿ ਵੋਟ ਪਰਸੈਂਟੇਜ ਵੀ ਬਹੁਤ ਘਟੀ ਹੈ। ਹੁਣ ਉਹ ਤੀਜੇ ਬਦਲ ਦੇ ਵਿੱਚ ਉਹ ਆਪ ਆਈ ਸੀ ਜੀ, ਆਪ ਦੀ ਹੁਣ ਕਾਰਗੁਜ਼ਾਰੀ ਦਿੱਲੀ ਦੇ ਵਿੱਚ ਜਿਵੇਂ ਹੁਣ ਆਪ ਦੀ ਸਰਕਾਰ ਹੈ ਜੀ, ਉੱਥੇ ਸੁਣਨ ਦੇ ਵਿੱਚ ਆਇਆ ਵੀ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਬੜੇ ਕੰਮ ਕਰੇ, ਬੜੇ ਅੱਛੇ ਕੰਮ ਕਰੇ, ਬੜੇ ਸਕੂਲ ਬਣਾਏ, ਬੜੇ ਹੈਲਥ ਦੇ ਕੰਮ ਕਰੇ ਜੀ, ਪਰ ਉੱਥੋਂ ਕੋਈ ਸੀਟ ਨਹੀਂ ਜਿੱਤਦੇ। ਫਿਰ ਉਹ ਕੰਮ ਕਰੇ ਤਾਂ ਕਰੇ ਗਏ ਕਿੱਧਰ? ਜਿੱਥੋਂ ਤੱਕ ਤੁਸੀਂ ਪੰਜਾਬ ਦੀ ਸੰਗਰੂਰ ਦਾ ਸੰਬੰਧ ਹੈ, ਉਹ ਮੈਨੂੰ ਲੱਗਦਾ ਆਪ ਨੂੰ ਨਹੀਂ, ਉਹ ਵਿਅਕਤੀਗਤ ਤੌਰ 'ਤੇ ਨੂੰ ਸੀਟ ਆਈ ਲੱਗਦੀ ਹੈ, ਕਿਉਂਕਿ ਭਗਵੰਤ ਮਾਨ ਆਮ ਲੋਕਾਂ ਦੀਆਂ ਸੱਥਾਂ ਜਾਂਦਾ ਹੈ, ਆਮ ਲੋਕਾਂ ਨਾਲ ਜੁੜਿਆ ਹੋਇਆ, ਜਿੱਥੇ ਜਾਂਦਾ ਉਹਦੇ 'ਚ ਕੋਈ VIP ਵਾਲੀ ਗੱਲ ਨਹੀਂ, ਇਕੱਲਾ ਹੀ ਲੋਕਾਂ 'ਚ ਚਲਾ ਜਾਂਦਾ ਅਤੇ ਲੋਕ ਕਲਾਕਾਰ ਵੀ ਹੈ, ਲੋਕ ਉਹਨੂੰ ਚਾਹੁੰਦੇ ਸੀਗੇ, ਉਹਨੇ ਗਰੰਟਾਂ ਗਰੁੰਟਾਂ ਵੀ ਕਹਿੰਦੇ ਆ, ਵੈਸੇ ਵੀ ਉਹਦੇ ਪੱਖ 'ਚ ਇੱਕ ਗੱਲ ਜਾਂਦੀ ਹੈ ਜੇ ਸਭ ਤੋਂ ਵੱਲ ਪੰਜਾਬ ਦੇ ਮੁੱਦਿਆਂ 'ਤੇ ਬੋਲਿਆ ਤਾਂ ਉਹ ਭਗਵੰਤ ਮਾਨ ਬੋਲਿਆ, ਨਾ ਕਿ ਆਪ ਬੋਲੀ ਹੈ ਜੀ। ਜੇ ਆਪ ਬੋਲਦੀ ਫਿਰ ਤਾਂ ਉਹਦੇ ਆਪ ਦੇ 4 ਸੀਗੇ, 4 'ਚੋਂ ਕੋਈ ਹੋਰ ਤਾਂ ਬੋਲਦਾ, ਪਰ ਭਗਵੰਤ ਮਾਨ ਬੋਲਿਆ, ਆਪ ਮੈਨੂੰ ਲੱਗਦਾ ਨਹੀਂ ਜਿੱਤੀ, ਵਿਅਕਤੀਗਤ ਤੌਰ 'ਤੇ ਭਗਵੰਤ ਮਾਨ ਜਿੱਤੇ। ਅੱਛਾ ਜੀ, ਇਹ ਦੋ ਮਤਲਬ ਸੀਟਾਂ ਅਕਾਲੀ ਦਲ ਲੈ ਕੇ ਜਾਂਦੀ ਹੈ, ਹੁਣ ਵੱਡੇ ਲੀਡ ਅਤੇ ਆਪਣੇ ਸੁਖਬੀਰ ਸਿੰਘ ਬਾਦਲ ਜਿੱਦੇ ਹੈ, ਹਰਸਿਮਰਤ ਕੌਰ ਵੀ ਇੱਥੋਂ ਬਠਿੰਡੇ ਤੋਂ ਬਣੇ ਹੈ, ਜਿਵੇਂ ਮੁੱਦੇ ਸੀਗੇ ਇਹ ਬਠਿੰਡੇ ਦੇ, ਖਾਸ ਕਰਕੇ ਜਿਵੇਂ ਬੇਅਦਬੀ ਦਾ ਸੀਗਾ ਵੀ ਜਿਵੇਂ ਫਰੀਦਕੋਟ 'ਚ ਘਟਨਾ ਵਾਪਰੀ ਹੈ ਨਾਲ ਸੰਬੰਧ, ਇੱਥੇ ਵੀ ਕਾਫੀ ਰੋਹ ਸੀ, ਕਾਫੀ ਸਮੇਂ ਕਾਲੀਆਂ ਝੰਡੀਆਂ ਵੀ ਦਿਖਾਈਆਂ, ਜਿੱਥੇ ਕਿਤੇ ਸਿੱਖ ਜਥੇਬੰਦੀਆਂ ਨੂੰ ਹੋਰ ਸਿੱਖਾਂ ਨੂੰ ਲੱਗਦਾ ਸੀਗਾ ਵੀ ਇਹ ਸੀਟ ਨਹੀਂ ਕਲੀਅਰ ਕਰ ਸਕਣਗੇ, ਵੀ ਪਤਾ ਸਾਫ਼ ਹੀ ਹੋਣਾ, ਪਰ ਇਹ ਫਿਰ ਵੀ ਜਿਹੜੀਆਂ ਹੈਗੀਆਂ ਦੋਨੇ ਮੀਆਂ ਵੀ ਸੀਟਾਂ ਲੈ ਕੇ ਜਾਂਦੇ ਆ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਵੀ ਜਿਵੇਂ ਵੱਡੇ ਹਮਲੇ ਕਰਦੀਆਂ ਸੀਗੀਆਂ ਵੀ ਐਤਕੀ ਤਾਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਸੰਦੂਕੜੀਆਂ ਖਾਲੀ ਹੀ ਰਹਿਣਗੀਆਂ, ਕਿਵੇਂ ਸੋਚਦੇ ਹੋ ਤੁਸੀਂ? ਅਸਲ 'ਚ ਇਹਨਾਂ ਇਲੈਕਸ਼ਨਾਂ ਦਾ ਜਦੋਂ ਲੇਖਾ ਜੋਖਾ ਹੋਊਗਾ ਬਹਿ ਕੇ ਜੀ, ਕੋਈ ਇਤਿਹਾਸ ਲਿਖਿਆ ਜਾਊਗਾ, ਜਿਹੜਾ ਇਲੈਕਸ਼ਨ 2019 ਹੈ ਇਹਦਾ ਬਹੁਤ ਵੱਡੇ ਮਹਿਨੇ ਰੱਖਦਾ, ਇਹਦੇ ਬਹੁਤ ਵੱਡੇ ਅਰਥ ਹੈ। ਪਹਿਲੀ ਗੱਲ, 1920 ਤੋਂ ਲੈ ਕੇ ਹੋਂਦ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ, ਉਹਦਾ ਮੁਕੰਮਲ ਤੌਰ 'ਤੇ ਸਫਾਇਆ ਹੋ ਗਿਆ, ਜਿਸ ਜਥੇਬੰਦੀ ਦੀ ਖਾਤਰ ਲੋਕ ਮਰ ਮਿਟਣ ਨੂੰ ਤਿਆਰ ਹੁੰਦੇ ਸੀ,
ਜਿਸ ਜਥੇਬੰਦੀ ਦੇ ਪ੍ਰਧਾਨ ਤੇ ਲੋਕ ਮੋਰਚਾ ਲਾ ਦਿੰਦੇ, ਜੇਲ੍ਹਾਂ ਭਰ ਦਿੰਦੇ, ਗੋਲੀਆਂ ਖਾ ਕੇ ਸ਼ਹੀਦ ਹੁੰਦੇ ਰਹੇ, ਉਸ ਜਥੇਬੰਦੀ ਦਾ ਕੋਈ ਵੀ ਮੈਂਬਰ ਜਿੱਤਿਆ ਨਹੀਂ ਤੇ ਇੱਕ ਪਰਿਵਾਰ ਤੱਕ ਸੀਮਤ ਹੋ ਗਈ ਜੀ। ਇਹ ਗੱਲ ਪਹਿਲਾਂ ਵੀ ਇੱਕ ਆਸਰਾਈਆਂ ਸੀਗੀਆਂ ਵੀ ਅਕਾਲੀ ਦਲ ਨੂੰ ਖਤਮ ਕਰਦੀਆਂ ਬਹੁਤ ਵੱਡੀਆਂ ਚੱਲ ਹੈ ਜੀ, ਤੇ ਇਹ ਇੱਕ ਪਰਿਵਾਰ ਤੱਕ ਲੈ ਕੇ ਆਉਣਗੇ ਜੀ, ਤੇ ਉਹੀ ਗੱਲ ਹੋਈ ਹੈ ਜੀ ਵੀ ਉਹ ਸਾਰੀਆਂ ਲੋਕ ਜਿਹੜੇ ਲੱਗੇ ਹੋਏ ਸੀ ਇਸ ਗੱਲ 'ਚ ਉਹਨਾਂ ਨੇ ਅਕਾਲੀ ਦਲ ਦਾ ਭੋਗ ਪਾ ਕੇ ਇੱਕ ਪਰਿਵਾਰ ਨੂੰ ਉਭਾਰਿਆ। ਇਹ ਹੁਣ ਅਕਾਲੀ ਦਲ ਦੀ ਜਿੱਤ ਨਹੀਂ, ਇਹ ਇੱਕ ਪਰਿਵਾਰ ਨੂੰ ਉਭਾਰਨ ਦੀ ਤੇ ਸਿੱਖਾਂ ਦੇ ਖਿਲਾਫ ਜਾਣ ਦੀ ਇਹਨੂੰ ਅਸੀਂ ਜਿੱਤ ਕਹਿੰਦੇ ਹਾਂ। ਹੁਣ ਬਠਿੰਡੇ ਦੀ ਜਿਹੜੀ ਤੁਸੀਂ ਗੱਲ ਕਰੀਏ, ਬਠਿੰਡੇ ਤੋਂ ਕੋਈ ਵਿਅਕਤੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਬਈ ਹੁਣ ਵੇਖੋ ਅਕਾਲੀ ਦਲ ਤੇ ਇਲਜ਼ਾਮ ਆ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਹੀਂ ਲੱਗੇ, ਉਹ ਬਾਦਲ ਪਰਿਵਾਰ ਤੇ ਲੱਗਦੇ ਸੀ ਜੀ। ਅਕਾਲੀ ਦਲ ਉਹਦੇ ਚੋਂ ਸਲਿੱਪ ਹੋ ਗਿਆ, ਬਾਦਲ ਪਰਿਵਾਰ ਦੇ ਉਹਦੇ ਚੋਂ ਅਪ ਹੋ ਗਿਆ। ਹੁਣ ਵੇਖਣ ਵਾਲੀ ਗੱਲ ਕੀ ਹੈ ਕਿ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਭੁੱਲ ਗਏ ਜਾਂ ਇਹਦੇ 'ਚ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਹੈ ਇਹਤੇ ਕਿਤੇ ਕੋਈ ਗੜਬੜ ਹੈ ਜੀ। ਇਹਦੇ ਨਾਲ ਹੀ ਇਹੀ ਗੱਲ ਜੁੜਦੀ ਸੀ ਸਾਹਿਬ ਜਿਵੇਂ ਅਕਾਲੀ ਦਲ ਅਲੋਪ ਹੋਣ ਦੀ ਗੱਲ, ਕਿਉਂਕਿ ਖੰਡੂਰ ਸਾਹਿਬ ਦੀ ਸੀਟ ਤੋਂ 42 ਸਾਲਾਂ ਬਾਅਦ ਜਿਹੜਾ ਹੈਗਾ ਕਾਂਗਰਸ ਦਾ ਉਮੀਦਵਾਰ ਉੱਥੇ ਜਿੱਤਦਾ ਹੈ, ਜਦੋਂ ਕਿ ਸਭ ਤੋਂ ਮਜ਼ਬੂਤ ਜਾਂ ਪੰਥਕ ਜਿਹੜੀ ਸੀਟ ਮੰਨੀ ਜਾਂਦੀ ਸੀ ਅਕਾਲੀ ਦਲ ਉੱਤੇ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਕਾਬਜ਼ ਰਿਹਾ, ਅਤੇ ਉਹਦੇ ਵਿੱਚ ਜਿਹੜੇ ਐਤਕੀ ਡਿੰਪਾ ਜੀ ਕਾਂਗਰਸ ਦੇ ਉਮੀਦਵਾਰ ਬਹੁਤ ਜ਼ਿਆਦਾ ਵੋਟਾਂ ਲੈ ਕੇ ਲੀਡ ਨਾਲ ਜਿੱਤੇ ਆ। ਇੱਥੋਂ ਜਿਹੜਾ ਥੋੜ੍ਹਾ ਸਿੱਧ ਹੁੰਦਾ ਵੀ ਜਿਹੜਾ ਅਕਾਲੀ ਦਲ ਸਲਿੱਪ ਹੋਇਆ ਅਤੇ ਪਰਿਵਾਰਵਾਦ ਜਿਹਾ ਵਧਿਆ। ਅਤੇ ਅਗਲਾ ਸਵਾਲ ਇਹ ਹੈ ਸਿਵੀਆਂ ਸਾਹਿਬ ਵੀ ਜਿਹੜਾ ਸੁਖਪਾਲ ਸਿੰਘ ਖਹਿਰੇ ਵੱਲੋਂ PDA ਅਲਾਇੰਸ ਕਰਕੇ ਉਹਨਾਂ ਦੀ ਪਾਰਟੀ ਵੱਲੋਂ PDA ਸਾਰੀਆਂ ਪਾਰਟੀਆਂ ਜਿਹੜੀਆਂ ਆਈਆਂ ਸੀ, ਜਿਵੇਂ ਹੁਣ ਖਹਿਰਾ ਸਾਹਿਬ ਇੱਥੋਂ ਜਮਾਨਤ ਜ਼ਬਤ ਕਰਵਾ ਕੇ ਬੈਠ ਗਏ ਬਠਿੰਡਾ ਤੋਂ, ਅਤੇ ਉਹਨਾਂ ਨੇ ਇੱਕ ਵੀਡੀਓ ਵੀ ਕਿਹਾ ਹੋ ਸਕਦਾ ਉਹ ਕਿਨਾਰਾ ਕਰ ਜਾਣ ਜਾਂ ਥੋੜ੍ਹੇ ਸਮੇਂ ਵਾਸਤੇ ਪਾਸੇ ਰਹਿ ਜਾਣ, ਕੀ ਦੇਖਦੇ ਹੋ ਭਵਿੱਖ ਨੂੰ ਖਹਿਰਾ ਸਾਹਿਬ ਨੂੰ ਖਾਸ ਕਰਕੇ, ਕਿਉਂਕਿ ਪਹਿਲਾਂ ਇਹ ਲੱਗਦਾ ਸੀ ਵੀ ਕਾਫੀ ਲੋਕ ਉਹਨਾਂ ਨਾਲ ਜਿਹੜੇ ਜੁੜੇ ਆ ਵੋਟ ਕਾਫੀ ਪਊਗੀ ਇੱਥੋਂ, ਪਰ ਉਹ ਕਾਫੀ ਪਿੱਛੇ ਚਲੇ ਗਏ। ਜਿੱਥੋਂ ਤੱਕ ਸੁਰਿੰਦਰ ਜੀ ਤੁਸੀਂ ਅਕਾਲੀ ਦਲ ਦੀ ਗੱਲ ਕਰੀ ਹੈ ਖੰਡੂਰ ਸਾਹਿਬ ਸੀਟ ਦੀ ਵੀ ਉੱਥੇ 40 ਸਾਲਾਂ ਬਾਅਦ ਪਹਿਲੀ ਵਾਰ ਕੋਈ ਬੰਦਾ ਜਿੱਤਦਾ ਹੈ ਕਾਂਗਰਸ ਦਾ, ਉਹ ਸਲਿੱਪ ਹੁੰਦੀ ਹੈ ਸੀਟ। ਅਸਲ 'ਚ ਆਪਾਂ ਪਹਿਲਾਂ ਕਹਿ ਸਕਦੇ ਹਾਂ ਅਕਾਲੀ ਦਲ ਦਾ ਜਿਹੜਾ ਉਹ ਗ੍ਰਾਫ ਹੀ ਨਹੀਂ, ਉਹ ਅਕਾਲੀ ਦਲ ਦੀ ਮੌਤ ਹੋ ਚੁੱਕੀ ਹੈ ਜੀ। ਇੱਕ ਪਰਿਵਾਰ ਆ ਜਿਹੜਾ ਉਹ ਹਾਵੀ ਹੋ ਗਿਆ, ਹੁਣ ਪਰਿਵਾਰ ਨੂੰ ਇਕੱਲੇ ਨੂੰ ਫਿਰ ਚੱਕਿਆ ਜਾਊਗਾ। ਜਿਹੜੇ ਸਿੱਖੀ ਤੋਂ ਗੱਲ ਕਰਨ ਵਾਲੇ ਲੋਕ ਸੀਗੇ ਉਹ ਅਕਾਲੀ ਦਲ ਤੋਂ ਇੱਕ ਤਰ੍ਹਾਂ ਨਾਲ ਦੂਰੀ ਬਣਾ ਕੇ ਚੱਲ ਰਹੇ ਹੈ, ਅਤੇ ਅਕਾਲੀ ਦਲ ਦੀ ਸੁਰਜੀਤੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ। ਪਰਿਵਾਰਵਾਦ ਨੂੰ ਉਭਾਰਿਆ ਗਿਆ, ਇਹ ਤਾਂ ਸੀ ਅਕਾਲੀ ਦਲ ਦੀ ਗੱਲ। ਜਿੱਥੋਂ ਤੱਕ ਤੁਸੀਂ ਕਹਿੰਦੇ ਹਾਂ ਖਹਿਰਾ ਸਾਹਿਬ ਦੀ ਗੱਲ, ਇਲੈਕਸ਼ਨ ਹਾਰ ਜਾਣਾ, ਜਵਾਨਤ ਜ਼ਬਤ ਹੋ ਜਾਣੀ, ਚਲੋ ਭਾਵੇਂ ਇਹ ਗ੍ਰਾਫ ਤਾਂ ਹੈਗਾ ਪਰ ਇਹ ਐਡੀ ਵੱਡੀ ਕੋਈ ਨਿਰਾਸ਼ਤਾ ਵਾਲੀ ਗੱਲ ਨਹੀਂ। ਇੱਕ ਵਾਰੀ ਸ਼੍ਰੀਮਤੀ ਇੰਦਰਾ ਗਾਂਧੀ ਵੀ ਇਲੈਕਸ਼ਨ ਹਾਰੇ ਆ, ਹੁਣ ਇਲੈਕਸ਼ਨ ਤਾਂ ਰਾਹੁਲ ਗਾਂਧੀ ਵੀ ਹਾਰ ਗਿਆ, ਅਮੇਠੀ ਤੋਂ ਰਾਹੁਲ ਗਾਂਧੀ ਵੀ ਇਲੈਕਸ਼ਨ ਹਾਰ ਗਿਆ, ਪਰ PAD ਦਾ ਕੁਛ ਉਮੀਦਵਾਰਾਂ ਦੀ ਕਾਰਗੁਜ਼ਾਰੀ ਵੀ ਅੱਛੀ ਰਹੀ ਹੈ, ਕਈ ਸੀਟਾਂ ਦੇ ਉਹਨਾਂ ਦੀ ਕਾਰਗੁਜ਼ਾਰੀ ਬੜੀ ਅੱਛੀ ਰਹੀ ਹੈ, ਜਿਵੇਂ ਬੈਂਸ ਭਰਾਵਾਂ ਦੀ ਕਾਰਗੁਜ਼ਾਰੀ ਬੜੀ ਅੱਛੀ ਰਹੀ ਹੈ, ਬੀਬੀ ਖਾਲੜਾ ਦੀ ਕਾਰਗੁਜ਼ਾਰੀ ਬੜੀ ਅੱਛੀ ਰਹੀ ਹੈ। ਪਰ ਇਹ ਹੁਣ ਖਹਿਰਾ ਸਾਹਿਬ ਦੀ ਇੱਕ ਨਿਰਾਸ਼ਤਾ ਦਾ ਬਿਆਨ ਵੀ ਆਇਆ ਕੱਲ੍ਹ, ਉਹਨਾਂ ਨੇ ਬੜਾ ਇਹ ਕਿਹਾ ਵੀ ਮੇਰੇ ਇਹ ਸਵਾਲੀਆ ਨਿਸ਼ਾਨ ਲੱਗ ਗਿਆ ਮੇਰੇ 'ਤੇ ਇਸ ਗੱਲ ਦਾ, ਅਤੇ ਮੈਂ ਸੋਚਣ ਵਾਸਤੇ ਮਜਬੂਰ ਹਾਂ ਵੀ ਮੈਂ ਰਾਜਨੀਤੀ ਦੇ ਵਿੱਚ ਗਾਹਣ ਇਲੈਕਸ਼ਨ ਲੜਨੇ ਆ ਕਿ ਨਹੀਂ ਲੜਨੇ। ਪਰ ਇਹ ਭਾਵੇਂ ਅੱਜ ਗੱਲ ਉਹਨਾਂ ਨੂੰ ਇਹ ਲੱਗਦੀ ਹੈ, ਕੱਲ੍ਹ ਨੂੰ ਇਹ ਗੱਲ ਠੀਕ ਸਾਬਤ ਤਾਂ ਨਹੀਂ ਹੋਣੀ, ਅਤੇ ਪਰ ਕਿਸੇ ਦੀ ਹਾਰ ਤੋਂ ਇੰਨੀ ਨਿਰਾਸ਼ਤਾ ਦੇ ਵਿੱਚ ਵੀ ਨਹੀਂ ਆਉਣਾ ਚਾਹੀਦਾ
ਲੋਕਾਂ ਦੇ ਚੰਗੇ ਕੰਮਾਂ ਨੂੰ ਲੋਕਾਂ ਦੀ ਬਾਂਹ ਮੁੱਦੇ ਲੈ ਕੇ ਚੱਲਣਾ ਚਾਹੀਦਾ ਅਤੇ ਇਹ ਥੋੜ੍ਹੀ ਜਿਹੀ ਨਿਰਾਸ਼ਤਾ ਤਾਂ ਖਹਿਰਾ ਸਾਹਿਬ ਨੂੰ ਲੱਗੀ ਹੈ, ਉਹਨਾਂ ਦੇ ਮਨ ਨੂੰ ਵੀ ਠੇਸ ਲੱਗੀ, ਉਹਨਾਂ ਨੇ ਆਪ ਵੀ ਕਿਹਾ ਵੀ ਮਨ ਨੂੰ ਠੇਸ ਪਹੁੰਚੀ ਇਸ ਗੱਲ ਦੀ। ਪਰ ਲੋਕਾਂ ਦੀ ਜਿਹੜੀ ਕਾਰਗੁਜ਼ਾਰੀ, ਪਤਾ ਨਹੀਂ ਬਠਿੰਡੇ ਤੋਂ 30,000 ਵੋਟ ਹੀ ਮਿਲਣੀ, ਇਹ ਕੋਈ ਮਾਇਨੇ ਨਹੀਂ ਰੱਖਦੀ ਜੀ। ਬਹੁਤ ਬਹੁਤ ਧੰਨਵਾਦ ਸਿਵੇਂ ਸਾਹਿਬ, ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਇਸ ਤਰ੍ਹਾਂ ਤੁਸੀਂ ਡੀ ਨਿਊਜ਼ ਪੰਜਾਬ ਨੂੰ ਪਿਆਰ ਦਿੰਦੇ ਰਹੋ ਅਤੇ ਕੋਈ ਵੀ ਗੱਲਬਾਤ ਤੁਸੀਂ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਜਾ ਕੇ ਕਮੈਂਟ ਜ਼ਰੂਰ ਕਰੋ। ਧੰਨਵਾਦ।